मॉडलिंग है जिहड़ी कि अमित अरोड़ा वालों की गई, तो उन्हें यह भी कहा कि यह तो मेरा पहला गाना सी, इस तो बाद गाने आते रहेंगे, हरेक गाने का जवाब दोगे। गाना मतलब जुत्तियां आईं मेरे मन दे विच छित्तर। ਇਹ ਨਹੀਂ ਹੈਗਾ ਕਿ ਮੈਂ ਸਿੰਗਰ ਬਣ ਕੇ ਉਹਨੂੰ ਜਵਾਬ ਦਿੱਤਾ ਵਾ ਵੀ ਉਹਦਾ ਜਿਹੜਾ ਮੁੰਡਾ ਸਿੰਗਰ ਆ ਦੂਜਾ ਉਹ ਸੁਣੇ ਸਾਡੇ ਜੇ ਮੂੰਹ ਵਾਲਾ ਉਹ ਸੁਣੇ ਜਾਂ ਇਹਦੇ ਨਾਲ ਦੇ 25 ਤੀ ਬਾਂਦਰ ਸੁਣਨ। ਜੇ ਤੂੰ ਅਸਲੇ ਦਾ ਨਹੀਂ ਹੈਗਾ ਨਾ ਤੂੰ ਬਾਰ ਬਾਰ ਕਰੇਂਗਾ ਇਹ ਜੀ ਗਲਤੀ, ਤੇ ਤੈਨੂੰ ਗਲਤੀ ਕਰ ਤੇਰੇ ਮੈਂ ਗਲ 'ਚ ਛਿੱਤਰਾਂ ਦਾ ਹਾਰ ਪਾਉਣਾ ਹੁਣ। ਆਪਣੇ ਆਪ ਨੂੰ ਤਾਂ ਗਾਣੇ ਦੇ ਵਿੱਚ ਖੁਦ ਜੱਟ ਕਹਿ ਰਿਹਾ। ਮੈਂ ਸੈਂਡਵੀ ਦੇ ਜਾਂ ਗੰਜੇ ਭਾਲੂ ਦੇ ਖਾੜੇ ਲਾਉਣੇ, ਮੈਂ ਤਾਂ ਇਹਦੀ ਮਰਕ ਤੇ ਵੀ ਨਹੀਂ ਨੱਚੂੰਗਾ। ਕੋਈ ਬੰਦਾ ਚਾਹੁੰਦਾ ਕਿ ਜਿਹੜੇ ਸ਼ਿਵ ਸੈਨਾ ਦੇ 25 ਦੀ ਗੰਦ ਪਾਈ ਕਰਦੇ ਨੇ ਇਹਨਾਂ ਨੂੰ ਅਸੀਂ ਆਪਦੇ ਵਿਆਹਾਂ 'ਚ ਲੈ ਕੇ ਮਾਹੌਲ ਖਰਾਬ ਕਰੀਏ? ਇਸ ਸਟੇਜ 'ਤੇ ਜਾ ਕੇ ਖੜਨ ਤਾਂ ਅਸੀਂ ਕਿਸੇ ਇਹਨਾਂ ਦੇ ਛਿੱਤਰ ਮਾਰਦੇ ਲੋਕ ਭਿਉਂ ਭਿਉਂ ਕੀ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ। ਪਿਛਲੇ ਦਿਨੀ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਵੱਲੋਂ ਇੱਕ ਵਿਵਾਦਿਤ ਜਿਹੜਾ ਕਿ ਗਾਣਾ ਕੱਢਿਆ ਗਿਆ ਸੀ। ਵਿਵਾਦਿਤ ਗਾਣਾ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਗਾਣਾ ਜਦੋਂ ਨਿਕਲਦਾ ਹੈ ਤਾਂ ਮਾਰਕੀਟ ਦੇ ਵਿੱਚ ਵਿਵਾਦ ਸ਼ੁਰੂ ਹੋ ਜਾਂਦਾ ਹੈ। ਸੋ ਇਸੇ ਨੂੰ ਲੈ ਕੇ ਇੱਕ ਹੋਰ ਜਿਹੜਾ ਕਿ ਹੁਣ ਢੁੱਕਵਾਂ ਜਵਾਬ ਦਿੱਤਾ ਗਿਆ ਹੈ ਸਿਕੰਦਰ ਢਿੱਲੋਂ ਜੀ ਵੱਲੋਂ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਗਾਣੇ ਦੇ ਵਿੱਚ ਜਿਹੜੀ ਕਿ ਮਾਡਲਿੰਗ ਹੈ ਉਹ ਅਮਿਤ ਅਰੋੜਾ ਵੱਲੋਂ ਕੀਤੀ ਗਈ ਹੈ, ਜੋ ਕਿ ਸ਼ਿਵ ਸੈਨਾ ਦੇ ਆਗੂ ਵੀ ਨੇ, ਅਤੇ ਗਾਣਾ ਜਿਹੜਾ ਕਿ ਗਾਇਆ ਗਿਆ ਉਹ ਸੈਂਡਵੀ ਵੱਲੋਂ ਗਾਇਆ ਗਿਆ। ਸੋ ਇਸਦਾ ਜਵਾਬ ਹੈ ਸਿਕੰਦਰ ਢਿੱਲੋਂ ਵੱਲੋਂ ਦਿੱਤਾ ਗਿਆ, ਜੋ ਕਿ ਇੱਕ ਗਾਇਕ ਨੇ। ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਆਖਿਰਕਾਰ ਮਨ ਦੇ ਵਿੱਚ ਕੀ ਆਇਆ। ਸਤਿ ਸ਼੍ਰੀ ਅਕਾਲ ਸਰ। ਜੇ ਸਹੀ ਪੁੱਛੋ ਕੀ ਗਾਣਾ ਮਤਲਬ ਜੁੱਤੀਆਂ ਆਈਆਂ ਮੇਰੇ ਮਨ ਦੇ ਵਿੱਚ ਛਿੱਤਰ। ਇਹੋ ਜਿਹੇ ਬੰਦਿਆਂ ਨੂੰ ਸਾਡਾ ਸਮਾਜ ਸਿੰਗਰ ਸਮਝਦਾ ਵਾ, ਚਾਹੇ ਜੇ ਬੰਦਿਆਂ ਨੂੰ ਮਾਡਲ ਸਮਝਦੇ ਆ, ਸਾਡਾ ਭੁਲੇਖਾ ਜੀ ਇੱਕ ਪਹਿਲੀ ਗੱਲ ਸਾਡੇ ਦਿਮਾਗ ਦੇ ਵਿੱਚ ਕੂੜਾ ਲੋਕਾਂ ਦੇ ਭਰਿਆ ਜਾਂ ਇਹਨਾਂ ਲੋਕਾਂ ਦੇ ਤਾਂ ਭਰਿਆ ਹੀ ਭਰਿਆ। ਇਹ ਲੋਕ ਕੀ ਕਰਦੇ ਨੇ, ਇਹਨਾਂ ਦੇ ਦਿਮਾਗ ਆਏ ਨੇ ਵੀ ਸਾਨੂੰ ਲੋਕ ਦੇਖ ਕੇ ਪ੍ਰਮੋਟ ਕਰਨਗੇ। 4500 ਜਾਂ 5000 ਜੋ ਵੀ ਕਮੈਂਟ ਉਹਨੂੰ ਆਇਆ ਹੋਊਗਾ, ਮੈਂ ਕਹਿੰਦਾ ਇੱਕ ਵੀ ਕਮੈਂਟ ਉਹਦੇ ਹੱਕ 'ਚ ਦਿਖਾ ਦਿਓ। ਉਹ ਛਿੱਤਰ ਮਾਰੇ ਆ ਲੋਕਾਂ ਨੇ, ਕੋਈ ਉਹਦਾ ਪਾਸਾ ਜਾਂ ਕੋਈ ਉਹਦੀ ਜਗ੍ਹਾ ਨਹੀਂ ਛੱਡੀ ਕੁੱਟਣ ਤੋਂ। ਇਹ ਤਾਂ ਪਹਿਲੇ ਵੀ ਵੀਡੀਓਜ਼ 'ਤੇ ਹੁੰਦਾ ਰਹਿੰਦਾ ਸੀ ਉਹਨਾਂ ਦੇ ਨਾਲ, ਜਦੋਂ ਵੀ ਕੋਈ ਵਿਵਾਦਿਤ ਟਿੱਪਣੀ ਜਾਂ ਵਿਵਾਦਿਤ ਬਿਆਨ ਦਿੰਦੇ ਸੀ। ਈਵਨ ਕਿ ਹਰੇਕ ਸ਼ਿਵ ਸੈਨਾ ਦਾ ਪੰਜਾਬ ਦਾ ਜਿਹੜਾ ਆਗੂ ਹੈ ਉਸਦੇ ਵੱਲੋਂ ਇੱਦਾਂ ਦੇ ਬਿਆਨ ਦਿੱਤਾ ਜਾਂਦਾ, ਉਸ ਤੋਂ ਬਾਅਦ ਗਾਲਾਂ ਹੀ ਪੈਂਦੀਆਂ ਨੇ ਉਸ ਨੂੰ ਨੀਚੇ। ਕੀ ਤੁਹਾਨੂੰ ਕੀ ਲੱਗਦਾ ਕਿ ਉਸ ਤੋਂ ਬਾਅਦ ਵੀ ਇਹ ਨਹੀਂ ਟਿਕ ਰਹੇ ਤਾਂ ਕਿਉਂ? ਤੁਸੀਂ ਅੱਜ ਤੱਕ ਇੰਟਰਵਿਊ ਕਰਕੇ ਆਏ ਹੋ ਨਾ ਪਹਿਲਾਂ ਕਦੇ? ਹਾਂਜੀ। ਜੇ ਤੁਸੀਂ ਇੰਟਰਵਿਊ ਕੀਤੀ ਆ, ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਉਹਨਾਂ ਨੂੰ ਤੁਸੀਂ ਇਹ ਚੀਜ਼ ਪੁੱਛੋ ਜਾਂ ਤੁਸੀਂ ਦੇਖੀ ਹੋਣੀ ਉਹਨਾਂ ਦੀ ਜੇ ਇੰਟਰਵਿਊ ਕਰਨ ਜਾਂਦੇ ਜਾਂ ਉਹਨਾਂ ਨੇ ਆਪਣੇ ਮੂੰਹ 'ਚੋਂ ਦੱਸੀ ਕਿੱਥੇ ਉਹਨਾਂ ਨੇ ਸਕੂਲ ਖੋਲ੍ਹੇ ਆ ਫ੍ਰੀ, ਜਾਂ ਕਿੱਥੇ ਉਹਨਾਂ ਨੇ ਆਪਣੇ ਨਾਂ 'ਤੇ ਆਪਣੇ ਹੋਸਪਿਟਲ ਬਣਾਏ ਆ, ਜਾਂ ਕਿੱਥੇ ਗਰੀਬਾਂ ਦੇ ਨਾਂ 'ਤੇ ਰੋਟੀਆਂ ਲੰਗਰ ਲੱਗੇ ਹੋਏ ਨੇ ਜੀ। ਇੱਕ ਜਿਹੜਾ ਬੰਦੇ ਦੇ ਕੰਮ ਹੀ ਠੱਗੀ ਆ, ਜਿਸ ਬੰਦੇ ਦੀ ਸੋਚ ਹੀ ਲੈ ਵੀ ਮੈਂ ਤਾਂ ਹੁਣ ਠੱਗੀ ਮਾਰ ਲਈ, ਚੋਰੀ ਕਰਨੀ ਕਰਨੀ ਆ। ਇਹ 25-30 ਪੰਜਾਬ 'ਚ ਜਿੰਨੇ ਵੀ ਗੰਦ ਬੈਠਾ ਨਾ, ਪੰਜਾਬ ਦਾ ਗੰਦ ਆ ਇਹ ਅਸਲ। ਅਸੀਂ ਗੱਲ ਕਰਦੇ ਖਾਲਿਸਤਾਨ ਬਣਾਉਣ, ਤੁਹਾਨੂੰ ਕੀ ਪਈ ਕਿ ਤੁਸੀਂ ਗੰਦ ਦੇ ਵਿੱਚ ਛਾਲ ਲਗਾ ਦਿੰਦੇ ਹੋ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੰਦ ਬੈਠਾ, ਗੰਦ ਸਾਫ਼ ਕਰਨ ਲਈ ਉਤਰੇ, ਹੁਣ ਮਾਰਕੀਟ ਦੇ ਵਿੱਚ ਆਪਣੇ ਗਾਣੇ ਦੇ ਥਰੂ ਚੈਲੰਜ ਕੀਤਾ ਉਹਨਾਂ ਨੂੰ? ਨਹੀਂ ਦੇਖੋ, ਹੁਣ ਤੁਸੀਂ ਮੈਨੂੰ ਸਵਾਲ ਇਹੋ ਜਿਹਾ ਕੀਤਾ ਵੀ ਤੁਸੀਂ ਤੁਹਾਨੂੰ ਕੀ ਲੋੜ ਪੈ ਗਈ? ਮੈਂ ਇਸ ਸਮਾਜ ਦਾ ਹਿੱਸਾ ਹਾਂ, ਮੈਂ ਕੀ ਚਾਹੁੰਦਾ? ਖਾਲਸਾ, ਖਾਲਿਸਤਾਨ ਮੈਂ ਚਾਹੁੰਦਾ, ਦਿਲੋਂ ਚਾਹੁੰਦਾ ਮੈਂ। ਕਿਉਂ ਚਾਹੁੰਦਾ? ਕਿਉਂਕਿ ਖਾਲਿਸਤਾਨ ਦਾ ਮਤਲਬ ਸਾਡੇ ਲੋਕਾਂ ਨੇ ਗਲਤ ਕੱਢਿਆ ਹੋਇਆ ਵਾ ਕਿ ਖਾਲਿਸਤਾਨ ਪਤਾ ਨਹੀਂ ਕਿਹੋ ਜਿਹਾ ਰਾਜਾ, ਪਾਕਿਸਤਾਨ ਬਣ ਜੂ, ਆਹ ਬਣ ਜੂ। ਉਹ ਭਾਈ ਪਹਿਲਾਂ ਤਾਂ ਦਿਮਾਗ 'ਚੋਂ ਕੂੜਾ ਕੱਢੋ, ਠੀਕ ਨਹੀਂ? ਇਹੋ ਜਿਹੇ ਲੋਕਾਂ ਨੂੰ ਸੁਧਾਰਨ ਦੀ ਲੋੜ ਆ। ਖਾਲਿਸਤਾਨ ਕਦੋਂ ਬਣਨਾ, ਕੀ ਬਣਨਾ ਖਾਲਿਸਤਾਨ? ਜਦੋਂ ਇਹ ਲੋਕਾਂ ਨੂੰ ਅਸੀਂ ਸੁਧਾਰਤਾ। ਅੱਛਾ, ਇਹ ਲੋਕ ਸੁਧਾਰ ਦਿਓ ਬਸ, ਖਾਲਿਸਤਾਨ ਖਾਲਿਸਤਾਨ ਹੀ ਆ ਪਹਿਲਾਂ ਵੀ ਜੀ। ਸੋ ਖਾਲਿਸਤਾਨ ਨੂੰ ਲੈ ਕੇ ਇੱਕ ਬਿਆਨ ਜਿਹੜਾ ਕਿ ਸਿਕੰਦਰ ਜੀ ਵੱਲੋਂ ਦਿੱਤਾ ਗਿਆ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਖਾਲਿਸਤਾਨ ਉਦੋਂ ਬਣੂਗਾ ਜਦੋਂ ਕਿ ਅਜਿਹੇ ਲੋਕਾਂ 'ਤੇ ਬੈਨ ਹੈ ਜਿਹੜਾ ਕਿ ਲਗਾਇਆ ਜਾਊਗਾ। ਅਤੇ ਤੁਸੀਂ ਜਿਹੜਾ ਕਿ ਗਾਣਾ ਕੱਢਿਆ ਜਿਸ ਦੇ ਵਿੱਚ ਤੁਸੀਂ ਡਾਇਰੈਕਟ ਚੈਲੰਜ ਹੀ ਕਰਦੇ ਨਜ਼ਰ ਆ ਰਹੇ ਹੋ, ਕਿ ਤੁਹਾਨੂੰ ਨਹੀਂ ਲੱਗਦਾ ਉਸ ਦੇ ਨਾਲ ਵੀ ਮਾਹੌਲ ਖਰਾਬ ਹੋਏਗਾ? ਮੈਂ ਤੁਹਾਨੂੰ ਕੋਈ ਚੈਲੰਜ ਨਹੀਂ ਕੀਤਾ, ਮੈਂ ਤਾਂ ਉਹਦੇ ਚੈਲੰਜ ਦਾ ਜਵਾਬ ਦਿੱਤਾ ਜੀ। ਇਹ ਨਹੀਂ ਹੈਗਾ ਕਿ ਮੈਂ ਸਿੰਗਰ ਬਣ ਕੇ ਉਹਨੂੰ ਜਵਾਬ ਦਿੱਤਾ ਵਾ ਵੀ ਉਹਦਾ ਜਿਹੜਾ ਮੁੰਡਾ ਸਿੰਗਰ ਆ ਦੂਜਾ ਉਹ ਸੁਣੇ ਸਾਡੇ ਜੇ ਮੂੰਹ ਵਾਲਾ, ਉਹ ਸੁਣੇ ਜਾਂ ਇਹਦੇ ਨਾਲ ਦੇ 25-30 ਬਾਂਦਰ ਸੁਣਨ, ਮੈਨੂੰ ਉਹ ਚੀਜ਼ਾਂ ਦੀ ਗੱਲ ਨਹੀਂ। ਗੱਲ ਇਹ ਆ ਵੀ ਤੁਸੀਂ ਕੱਢਦੇ ਗਾਣਾ ਸਾਡੇ ਬੰਦੇ ਨੂੰ ਟਾਰਗੇਟ ਕਰਕੇ ਗਾਣਾ ਕੱਢਦੇ ਪਏ ਹੋ, ਸਾਡੇ ਬੰਦਿਆਂ ਤੋਂ ਲੈ ਕੇ ਤੁਸੀਂ ਗਾਣਾ ਕੱਢਦੇ ਪਏ ਹੋ, ਥਾਪੀਆਂ ਮਾਰ ਕੇ ਪੱਟਾਂ 'ਤੇ ਐਂ ਕਰਨਾ, ਉਹ ਕਨਾਹ ਖੜਾ, ਛੇਰਾ ਖੜਾ। ਇਸ ਸਾਡੇ ਬੰਦੇ ਕੌਣ? ਜਿਸ ਮੁੰਡੇ ਨੇ ਗਾਣਾ ਕੀਤਾ ਸੀਗਾ। ਹਾਂਜੀ, ਸੈਂਡਵੀ ਨੇ? ਨਹੀਂ, ਉਹ ਦੂਜਾ ਮੁੰਡਾ ਅਵਰਿੰਦਰ ਜਿਹਨੇ ਗਾਣਾ ਕੀਤਾ। ਉਸ ਮੁੰਡੇ ਨਾਲ ਪਹਿਲਾਂ ਪਿਆਰ ਸੀ ਇਹਨਾਂ ਦਾ, ਤੇ ਉਸ ਮੁੰਡੇ ਨਾਲ ਪਿਆਰ ਤੋਂ ਬਾਅਦ ਹੁਣ ਇਹਨਾਂ ਦੀ ਐਸੀ ਨਫ਼ਰਤ ਬਣ ਗਈ ਤੇ ਇਹਨਾਂ ਨੇ ਚੱਕ ਕੇ ਗਾਣਾ ਘੁਮਾ ਕੇ ਆਪਦੇ। ਇਸ ਸੁਣਨ ਵਿੱਚ ਇਹ ਵੀ ਆਇਆ ਕਿ ਜਿਹੜੇ ਮੁੰਡੇ ਨੇ ਤੁਹਾਨੂੰ ਗਾਣਾ ਦਿੱਤਾ ਉਹਦੇ ਨਾਲ ਵੀ ਕੁਝ ਵਿਵਾਦ ਤੁਹਾਡਾ ਚੱਲਦਾ ਪਿਆ? ਨਹੀਂ, ਸਾਡਾ ਤਾਂ ਕੋਈ ਬਿਆਨ ਨਹੀਂ ਹੈ। ਦੇਖੋ, ਤੁਹਾਡੇ ਮੈਂ ਮੰਨਦਾ, ਚਲੋ ਤੁਹਾਡੇ ਤੱਕ ਗੱਲ ਲੱਗੀ ਮਨ ਚੱਲਦਾ, ਉਸ ਭਰਾ ਦੇ ਨਾਲ, ਉਹ ਮੇਰਾ ਭਰਾ ਵਾ, ਅਸੀਂ ਪੱਗਾਂ ਵਾਲੇ ਭਰਾ ਵਾਂ, ਸਾਡਾ ਕੁਝ ਵੀ ਹੋ ਗਿਆ ਉਹ ਸਾਡਾ ਅੰਦਰ ਬਹਿ ਕੇ ਹੋ ਗਿਆ, ਕੋਈ ਗੱਲ ਨਹੀਂ। ਇਹ ਮਤਲਬ ਇਹ ਕਿਹਾ ਜਾ ਸਕਦਾ ਪੱਗਾਂ ਵਾਲੇ ਭਰਾ ਜਿਹੜੇ ਪੱਗ ਵਾਲੇ ਹੁੰਦੇ ਉਹੀ ਭਰਾ ਹੁੰਦੇ, ਦੂਸਰਾ ਭਰਾ ਨਹੀਂ ਹੋ ਸਕਦਾ? ਦੂਸਰਾ ਭਰਾ ਪੱਗਾਂ ਵਾਲਿਆਂ ਨੂੰ ਵਰਤੇ ਨਾ ਜੀ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਉਹਦੇ ਨਾਲ ਉਹ ਜਿਹਾ ਨਹੀਂ ਵਰਤਿਆ? ਤਾਂ ਹੀ ਮੈਂ ਉਲਟ ਹੋਇਆ ਜੀ। ਅਤੇ ਜਿਹੜਾ ਕਿ ਗਾਣਾ ਤਾਂ ਸੈਂਡਵੀ ਵੱਲੋਂ ਕੱਢਿਆ ਗਿਆ, ਉਸ ਤੋਂ ਬਾਅਦ ਮਾਡਲਿੰਗ ਹੈ ਜਿਹੜੀ ਕਿ ਅਮਿਤ ਅਰੋੜਾ ਵੱਲੋਂ ਕੀਤੀ ਗਈ, ਤਾਂ ਉਹਨੇ ਇਹ ਵੀ ਕਿਹਾ
प्यो दादे पीढ़ियां दा उन्हूं असला कहा जाता कि खून चो तुसीं जे तू असले का नहीं है ना तू बार बार करेंगे ऐसी गलतियां तो तेन गलती कर तेरे मैं गल च छित्रों का हार पाना हूँ अगला ये ठगियां मारता इस बंदे ने जाके उसे टॉयलेट बाथरूम साफ कराने तो उन्होंने इधर चित च भरेखा वा ये तुम मैंने दसो जानवर कदे मॉडल बने कोई जानवर नूं असीं मॉडलिंग तौर पर ले लिए कदों कदों मॉडल बनूगा बई ये जानवर आ ये भालू आ की सोच दे पिछे जिहा आया सिकंदर जी तुहानूं लगदा कि बड़ियां वीडियो में जिवें कि तुहानूं पहले भी कहा पहले भी इन्होंने कढ़ियां ने ते हुण रिप्लाई देना पै गया रिप्लाई तो देखो जी मैं देण दे कोई हक च नहीं सी रिप्लाई रिप्लाई तो जित्ती जे थोनू कोई आके गल पैंदा जां थोड़ी शान के खिलाफ कोई गल करदा थापियां मार मार दिखाउंदा साढ़े तो वह खून आ सानू असीं किसे नूं नहीं जदों अपने आप नूं तो गाने दे विच खुद जट कह रहे हैं मैं उही गल तो दसी जांदा जी मैनूं एक चीज़ की समझ नहीं आउंदी हैगी वी इहनूं पुछो वी जे तूं मन लै तूं एक मिनट तूं जट्टां दा खून आ तूं जट्टां दा खून आ ते जट ही आ मन लै मैं गल दा दावा करदा वाकई इह जट वा ते मैनूं इह चीज़ दसो इहदे कोल जमीन एक ना मैं जमीन भी खेतीबाड़ी भी करदे आ मेरे बंदे मेरे कोल खेतीबाड़ी नूं इह वी गल मैं सुणी मेरे कोल खेती भी आ जे खेती आ तूं मैनूं एक चीज़ दस कनाल दे विच मरले किन्ने हुंदे आ एक कनाल च किन्ने मरले हुंदे आ हैं जां कीले च कनालां किन्नियां हुंदियां इस बंदे नूं पता नहीं किहड़े किहड़े मौसम च किहड़ी सब्जी बीजी जांदी आ किहड़े मौसम दे विच किहड़ी कणक बीजी जाणी किहड़ा कदों झोना कदों लगना इन्हूं पता नहीं किन्नियां स्प्रेहां हुंदियां किन्नियां खादां पैंदियां कितें ना कितें इह वी लोकां नूं लग रिहा है कि सैंड वी वल्लों है जिहड़ा कि पब्लिसिटी लैण दे लई अमित अरोड़ा नूं एज़ अ मॉडल है जिहड़ा कि गाणे च लियांदा गया कि तुहाडे वल्लों तां नहीं सेम स्टैप चुक्किया जा रिहा कि पब्लिसिटी लैण दे लई उहनां दे विरुद्ध गाणा कढ दित्ता गया आहो मैं तां सैंड वी उहनां दे घरे खाड़ा लाउण जाणा जी मैं सैंड वी दे जां गंजे भालू दे खाड़े लाउणे आ मैं तां इहदे मरग ते वी नहीं नचूंगा मैं उहो जिहा बंदा नहीं हैगा खून साडा रड़क वाला ਉਹ ਜਿਹੇ ਇਨਸਾਨ ਨਹੀਂ ਹੈਗੇ ਕਿ ਅਸੀਂ ਇੱਕ ਵਾਰ ਵੀ ਫੇਮਸ ਹੋਣ ਦੀ ਖਾਤਰ ਵੀ ਹਾਂ ਵੀ ਸੈਂਡ ਵੀ ਦੇ ਉਲਟ ਕੱਢਦੇ ਗਾਣਾ ਉਹਦੇ ਕੱਢਦੇ ਅਸੀਂ ਫੇਮਸ ਹੋ ਜਾਾਂਗੇ ਨਾ ਜੀ ਨਾ ਜੇ ਕੋਈ 10-20 ਹਜ਼ਾਰ ਲੱਗੇ ਫੇਮਸ ਇਹੋ ਜਿਹਾ ਹੁੰਦਾ ਤਾਂ ਸਾਰੇ ਹੋ ਜੂ ਉਹਨਾਂ ਦੇ ਅਗਲੇ ਗਾਣੇ ਬਾਰੇ ਚਰਚਾ ਹੈ ਪਤਾ ਕਿਹੜਾ ਗਾਣਾ ਕੱਢਣਾ ਲੁਆਇਨ ਗਾਣਾ ਕਹਿੰਦੇ ਕੱਢ ਰਹੇ ਆ ਤੇ ਇਹ ਰੜਕਾ ਪਾ ਦੂਗਾ ਸਾਰਿਆਂ ਦੇ ਵਿੱਚ ਗਾਣਾ ਸਿਰੇ ਦਾ ਗਾਣਾ ਜਿਹੜਾ ਕਿ ਲੈ ਕੇ ਆ ਰਹੇ ਚ ਮਾਡਲ ਮੈਂ ਤੁਹਾਡੀ ਉਹ ਦੇਖੀ ਇੰਟਰਵਿਊ ਤੁਸੀਂ ਉਹਦੇ ਵਿੱਚ ਉਹਨੂੰ ਕਹਿ ਰਹੇ ਹੋ ਵੀ ਤੁਸੀਂ ਗਾਣਾ ਉਹ ਕਹਿੰਦਾ ਮੇਰਾ ਅਗਲਾ ਗਾਣਾ ਲੁਆਇਨ ਆ ਰਿਹਾ ਹਨਾ ਲੁਆਇਨ ਉਹ ਤੁਹਾਨੂੰ ਬਣ ਕੇ ਵੀ ਦਿਖਾਇਆ ਉਹਨੇ ਤੇ ਮੇਰਾ ਕਹਿਣ ਦਾ ਭਾਵ ਆ कि उस कुत्ते ये पुछो कुत्ते सेंड भी पुछो जो कुत्ता सेंड भी मैं बार बार कहना कुत्तिया वो कुत्तिया सेंड भी तेन शर्म नहीं आती तू की गल इन्हें शिव सैनिकों के ब्याहों प्रोग्राम लाने कदे तेन बहर कौन बंदा प्रोग्राम ला लूगा सारे मेरे हिंदू भरा इज्जतदार इंसान ने है ना किसी भी कास्ट के हो हिंदू जी सारे इज्जत वाले इंसान ने कोई बंदा चाहता कि जेडे शिवसेना के 25-30 गंद पाई करते हैं इन्हों से अपने ब्याह ला के माहौल खराब करिए कौन ला लूगा यह मैं हुण कैमरा कहना पिया एक हफ्ते लई मैनूं आपदे नाल रखे जी मैं मुलाजम बंदा रहा मैं कोई बेवकूफ थोड़ा मैनूं पता भी किहड़ी खुराक कदों दित्ती जांदी है ते मुड़ के सिक्योरिटी नहीं मंगूगा तुहानूं लगदा है कि जेकर इह लोक सही हो जांदे रहे ते जे विवादित बयान नहीं दिंदे जिवें कि विवादित बयान कह रहे हो कि दित्ते जा रहे जिस तों बाद माहौल खराब हुंदा ते सिख लोक है जिहड़े कि इहनां दी सिक्योरिटी करनगे कुछ नहीं कहणगे इहनां नूं कि तुसीं ऑन स्क्रीन कह रहे हो मैं तुहानूं उही चाह कहना जदों असीं किसी दी धी भैण बारे कहिंदे 2% जिहड़े बंदे ने इन्ह दियां धीआं भैणां तां असीं ऐ कर दांगे इज्जत वाली गल्लां गलत कहीं इन्होंने मैं वो गल्लां बोलनी नहीं चाहुंदा क्यों असीं फिर इस समाज च रहिंदे आ जिहड़ियां हिंदू भाईचारे दी धीआं वह भी साडियां धीआं सिख भाईचारे दी साडियां धीआं सारे समाज दी धीआं साडियां ने है ना धीआं भैणां क्यों माड़ा चंगा बोलिया जाऊगा तुसीं सुनना बर्दाश्त करोगे इन्हां इहो जिही चीज़ समाज दे विच तुसीं रहिणा समाज दा हिस्सा हो कल तुहानूं कोई रोड़ ते जांदा मुंडा कोई तेरे छेड़े कोई सिखां दा मुंडा तुहानूं कमेंट करके चल जाए की गल तुसीं जुत्ती नहीं लाओगे तो तुसीं चाहुंदे इहो जिहा माहौल इस करके ही खालिस्तान की गल चली है
खालिस्तान का पता नहीं क्यों लोगों के दिमाग पाड़ा पुट्ठा पढ़ाई पै रहे खालिस्तान पाकिस्तान अर्गा बन जाना गोलियां रफल चलनी वो भाई खालिस्तान मतलब होंगे प्योर प्योरिटी के खालसा घ्यो खा के देख लो प्योरिटी के जोड़ा आम डेयरिया डूर से मिलता ज पिंडा का देख लो कि मझा चो के बुढ़िया बना घ्यो तो कहने का मतलब आ भी वह घ्यो आम बाजार के घ्यो फर्क होगा क्यों उन्होंने खालस खालस घ्यो कहा जाता जो पिंडाला होंगे खालस घ्यो का मतलब जी जे आप चंगी प्योरिटी वाली चीज़ खावे सारा शरीर तंदुरुस्त रहूगा। सिकंदर जी खालिस्तान की गल तो कर रहे हैं जेकर खालिस्तान को लैके एक मैं सिख लोगों तो आइडल बारे पूछा तो आइडल किसू मानते हैं आइडल किसू मानते आइडल जो खड़े सारे आइडल ही सारी आइडल कौन हो आइडल के प्रधान जो होगा खालिस्तान जेकर बात गल ही नहीं सुन रहे भी मैं ये कहना भी जेडे सारे पगां वाले आ जां होर भाईचारे वसदे आ आइडल की लोड़ उत्थे हुंदी आ भी भाई जेडे हिंदू धर्म आ जां कोई होर घट कम्यूनिटी वाले लोग रहिंदे आ भी इन्हां नूं कढ देना आइडल की फिर लोड़ आइडल बनना ना साडा इहदा मतलब सारे आइडल ही आपां कोई कहानी नहीं किसी नूं इह लैके नहीं चलते पे असीं भी इहनूं कढना उहनूं कढना सारे आपां अपना हक जता सकीए ਇਹੋ ਜਿਹਾ ਮੁਲਕ ਚਾਹੀਦਾ ਹੁਣ ਜੇ ਗੋਰਿਆਂ ਦੀ ਗੱਲ ਕਰ ਲਈ ਆਪਾਂ ਗੋਰਿਆਂ ਦੀ ਕੰਟਰੀ ਦੇ ਵਿੱਚ ਪ੍ਰਧਾਨ ਮੰਤਰੀ ਮੁੱਖ ਮੰਤਰੀ ਆ ਰੋੜਾਂ ਦੀਆਂ ਤੇ ਮਿਲਦੀ ਆ ਬਟ ਉਹਨਾਂ ਵੱਲੋਂ ਤਾਂ ਆਗੂਆਂ ਵੱਲੋਂ ਇੰਨੀ ਗੱਲ ਕਹੀ ਜਾਂਦੀ ਹੈ ਜਦੋਂ ਖਾਲਿਸਤਾਨ ਬਣੇਗਾ ਖਾਲਿਸਤਾਨ ਬਣਨ ਨਹੀਂ ਦਿੱਤਾ ਜਾਏਗਾ ਕਿਉਂਕਿ ਖਾਲਿਸਤਾਨ ਦੇ ਵਿੱਚ ਸਿਰਫ ਸਿੱਖ ਰਾਜ ਕਰਨਗੇ ਖਾਲਸਾ ਰਾਜ ਕਰਨਗੇ ਹਿੰਦੂ ਤੇ ਤਸ਼ੱਦਦ ਹੈ ਜਿਹੜੀ ਕਿ ਢਾਈ ਜਾਏਗੀ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਹੋਇਆ ਇਸ ਦੇ ਲਈ ਉਹ ਲੋਕ ਕਹਿੰਦੇ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਜੋ ਕਿ ਕਰਦੇ ਰਵਾਂਗੇ ਦੇਖੋ ਮੈਂ ਉਹੀ ਤਾਂ ਗੱਲ ਕਹੀਏ ਨਾ ਬਾਰ-ਬਾਰ ਵੀ ਭਾਈ ਕੂੜਾ ਭਰਿਆ ਕੂੜਾ ਦਿਮਾਗ ਦੇ ਵਿੱਚ खालिस्तान को कूड़ा बना के पेश कर रहे दिमाग के कूड़ा भर दो भी खालिस्तान का ना जो कोई लवे तो कटा मार दो बनना नहीं चाहिए वो भाई की गल तुसी चंगा समाज नहीं चाहते तो लगता हरेक हरेक सिख जिहड़ा कि खालिस्तान चाहता उसके दिमाग के यही छवि जिहड़ी कि तुहाडे दिमाग के उसके दिमाग के सेम छवि होगी सेम मैं तो कहना सेम है जी मैं हूँ कले कले सिख चलो मिले नहीं एवं कह किसी होर भाईचारे मिलता नहीं कले कले पर मैं जो सुनता जो मैं लगता मैं वो चीज़ बोलता पाँ मेरे दिमाग ये चीज़ मैं मेरे वालों हाँ कि भाई खालिस्तान मतलब प्योरिटी आ कोई माड़ा शब्द नहीं है खालिस्तान या खालिस्तान कंट्री बन जू कल धियां भैन दी बेपत्ती हूँ बचन गए धियां भैन उमर रात को 12 बजे उठ के कुड़ियां रोड पर फिरदियां कोई काम चलिया किसी की जरूरत नहीं है अज क्यों नहीं सेफ्टी की जाती अज इस माहौल के समाज के रह के अज क्यों नहीं धियां भैनों बचाया जाता आए दिन ही इदा दिन चीज़ा देखने मिलती ने जिते कि कुड़ियां सुरक्षित नहीं ने कुड़ियां रेप हो रहे हैं 5 साल की 9 साल की बच्ची का लुधियाने की गल कर लेने ज़्यादा पंजाब के दूर नहीं जाते असं लुधियाने के अजिंह खबर सामने आदि ने इन बच्चों की आवाज़ क्यों नहीं चुकी जाती अज ही शुरुआत क्यों नहीं करते आप शिवसेना वाले क्यों नहीं करते वो तो माहौल खराब करने की कोशिश कर रहे हैं ना तो तुसी कह रहे हो तुसी माहौल बदलना चाहते हो तुसी समाज बदलना चाहते हो मैं ताही तो कह रहा तुम्हें बार बार कि देखो एस अगर आप खालिस्तान की गल करते हैं खालिस्तान का मतलब खालिस प्योरिटी प्योरिटी के विचों ऐसी गंद हटा दो खालिस्तान अज ही चंगे समाज में सिरजन की गल करते हैं आप अज ही समाज में सिरजते हैं चंगे उन्हों बच्चों लिए उन्होंने लड़कियों लिए आवाज़ चुकते हैं जड़े कि इस समाज के असुरक्षित महसूस कर दिया ने भाई जो यह गंद बैठा होगा तुम किमें कर लोगे जो थोड़ा जोर ही नहीं चल थोड़ा गुआढ़ी थोड़ा कटे गाला तुम जाके थाने लिखाओ कंप्लेट थानेदार तो रुपया 5000 उन्होंने लिया कि सब तो पहला इन्होंने शिवसेना आगुओं इतों की खत्म करना उस तो बाद है जो कि दूजा काम किया जाए भाई मैनू ये ना तो है गल कह के मेरे मुँह चो कहो भी परचा तेरे ते होना चाहिए तू आ गल कह मैनू परचे पुरचे की गल तो कोई डर नहीं है मेरा कहने का मतलब यह है कि जो तुम कोई चंगा काम करते हो थोड़े एक विरोधी कौन ने यह जे कुत्ते आ गधे जिन्हें बैठे 15-20 जिहड़े पंजाब च ने इन्होंने गंद पाया जी इन्होंने भालूआं ने मसला मेरा कहने का यही है जिहड़ा गंद हुण तुसीं पानी ले लो जी पानी दे लई फिल्टर क्यों लाया जांदा साफ करन लई बस फिर यह फिल्टर ही लगना जी खालसा असू इतने गलबात की असी उस गायक सिकंदर ढिल्लों के नाल जिसने शिवसेना आगू अमित अरोड़ा का जबकि एक गाना रिलीज़ होंगे उस तो बाद जवाबी गाना कढ़ के उन्होंने जवाब दिता से एक चैलेंज किया वालों हूँ आ भी गल आखी जा रही कि आने वाले समय के जो जदों अमित अरोड़ा अजिहे गाने कढ़ता रहेगा उन्होंने वालों उन्होंने जेडे कि नाल ही जवाब भी दिता जाएगा।